ਏ ਨਾਦਰ ਸ਼ਾਹ ਦੇ ਜੀਜੇ ਨੇ ਜਿਨ੍ਹਾਂ ਨੂੰ ਇਹ ਡਰਾਉਂਦੇ ਨੇ, ਫੇਰ ਪਿੱਛੋਂ ਚੀਕਾਂ ਮਾਰਨਗੇ, ਅੱਜ ਵੱਧ ਕੇ ਬਾਜੀਆਂ ਪਾਉਂਦੇ ਨੇ। ਉਹ ਬਾਡਰਾਂ ਉੱਤੇ ਜਵਾਨ ਮਰੇ, ਧਰਨੇ ਉੱਤੇ ਕਿਸਾਨ ਮਰੇ, ਉਹ ਬਾਡਰਾਂ ਉੱਤੇ ਜਵਾਨ ਮਰੇ, ਧਰਨੇ ਉੱਤੇ ਕਿਸਾਨ ਮਰੇ। ਦੀ ਹਜੇ ਵੀ ਛਾਤੀ ਚੌੜੀ ਆ, ਇਹ ਬਦਾਲੀ ਤੋਂ ਵੀ ਮਾੜੇ ਨੇ, ਇਹ ਡੈਮੋਕ੍ਰੇਸੀ ਥੋੜੀ ਆ। ਇੱਥੇ ਕੁਰਸੀਆਂ ਤੱਲਿਆਂ ਨੂੰ ਸਿਰ ਚੱਕਦੇ ਨੂੰ ਗੋਲੀਆਂ, ਇਹ ਬਦਾਲੀ ਤੋਂ ਵੀ ਮਾੜੇ ਨੇ, ਸਾਰੀ ਡੈਮੋਕ੍ਰੇਸੀ ਥੋੜੀ ਆ। ਇੱਥੇ ਕੁਰਸੀਆਂ ਤੱਲਿਆਂ ਨੂੰ ਉਹ ਸਿਰ ਚੱਕਦੇ ਨੂੰ ਗੋਲੀਆਂ। ਜਦੋਂ ਬਾਰਡਰ ਤੇ ਸਾਡੇ ਸੀਨੇ ਤੇ ਗੋਲੀਆਂ ਮਾਰਨੀਆਂ ਹੁੰਦੀਆਂ, ਉਦੋਂ ਤਾਂ ਅਸੀਂ ਸ਼ਹੀਦ, ਸਿੱਖ ਕੌਮ ਸ਼ਹੀਦ। ਅੱਜ ਜਦੋਂ ਹੱਕ ਮੰਗਣਾ ਹੈ, ਅੱਜ ਅਸੀਂ ਗੈਂਗਸਟਰ, ਅੱਜ ਅਸੀਂ ਵੱਖਵਾਦੀ, ਅੱਜ ਅਸੀਂ ਅੱਤਵਾਦੀ, ਅੱਜ ਅਸੀਂ ਖਾਲਸਤਾਨੀ, ਅੱਜ ਅਸੀਂ ਬਾਗੀ। ਇੱਥੇ ਅੰਨੀਆਂ ਟਾਪੀਂਦੀਆਂ ਤੇ ਕੁੱਤੇ ਇੱਥੇ ਚੜਦੇ ਨੇ, ਕਾਲੇ ਜੋ ਅੰਗਰੇਜ਼ ਬਣੇ ਸਾਡੀ ਅੱਖ ਜ਼ਮੀਨ ਤੇ ਰੱਖਦੇ ਨੇ, ਦੰਗੇ ਆਪ ਕਰਾਉਂਦੇ ਨੇ, ਹਰ ਵਰਗ ਡੰਗ ਭਰਾਉਂਦੇ ਨੇ। ਦੀ ਨਰਕਾਂ ਨੂੰ ਜਾਊਗੀ ਜੋ ਰਾਜਨੀਤੀ ਜੀ ਤੋਰੀ ਆ। ਇਹ ਬਦਾਲੀ ਤੋਂ ਵੀ ਮਾੜੇ ਨੇ, ਇਹ ਡੈਮੋਕ੍ਰੇਸੀ ਥੋੜੀ ਆ। ਇੱਥੇ ਕੁਰਸੀਆਂ ਤੱਲਿਆਂ ਨੂੰ ਸਿਰ ਚੱਕਦੇ ਨੂੰ ਗੋਲੀਆਂ, ਪੰਜਾਬੀ ਕਰਤਾਰ ਦੇ ਬਹੁਤ ਪੱਕੇ ਨੇ। ਤੁਹਾਨੂੰ ਵੀ ਪਤਾ ਕਿ ਜਿਸ ਦਿਨ ਚੀਨ 'ਚ ਚਪੇੜਾ ਮਾਰ ਮਾਰ ਕੇ ਫੌਜ ਨੂੰ ਅੰਦਰ ਧੱਕਤਾ ਸੀ, ਤੁਸੀਂ ਰਾਜਸਥਾਨ ਤੋਂ ਸਿੱਖ ਰੈਜੀਮੈਂਟ ਉੱਤੇ ਭੇਜੀ ਸੀ ਚੀਨ ਦੇ ਬਾਰਡਰ 'ਤੇ। ਉਸ ਤੋਂ ਬਾਅਦ ਅੱਜ ਤੱਕ ਠੱਲ ਪਈ ਗਈ ਉੱਥੇ। ਸੋ ਇਸ ਕਰਕੇ ਯਾਦ ਰੱਖਿਓ, ਉਹ ਵੀ ਪੰਜਾਬੀ ਹੈ। ਇਹ ਦੇਖ ਕੇ ਮੱਚਦੇ ਰਹਿੰਦੇ ਨੇ ਮੋਡੀਫਾਈ ਟਰੈਕਟਰ ਜੀਪਾਂ ਨੂੰ, ਵੇਤਨਾਮ ਦੇ ਜੱਟਾਂ